ਨਰਿੰਦਰ ਸਿੰਘ ਕਪੂਰ ਜੀ ਨੇ ਆਪਣੇ ਅਕੈਡੈਮਿਕ ਕਰੀਅਰ ਦੀ ਸ਼ੁਰੂਆਤ ਅੰਗਰੇਜ਼ੀ ਦੇ ਲੈਕਚਰਰ ਵਜੋਂ ਕੀਤੀ ਸੀ। ਪਟਿਆਲਾ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਉਹ ਹੈੱਡ ਆਫ ਡਿਪਾਰਟਮੈਂਟ ਵੀ ਰਹੇ ਹਨ। ਅਨੇਕਾਂ ਸਟੂਡੈਂਟਸ ਨੂੰ ਪੜ੍ਹਾਇਆ ਅਤੇ ਜਿਹੜੇ ਸਟੂਡੈਂਟਸ ਨੂੰ ਉਹਨਾਂ ਨੇ ਕਲਾਸਰੂਮ ਦੇ ਵਿੱਚ ਪੜ੍ਹਾਇਆ ਉਹਨਾਂ ਦੇ ਨਾਲੋਂ ਵੀ ਕਿਤੇ ਜ਼ਿਆਦਾ ਵੱਡੀ ਗਿਣਤੀ ਤੱਕ ਉਹਨਾਂ ਨੇ ਜੋ ਇੱਕ ਸੋਚ ਦੀ ਗਹਿਰਾਈ ਨੂੰ ਤਰਾਸ਼ਣ ਵਾਲੀ ਤਾਲੀਮ ਹੈ ਉਹ ਆਪਣੀ ਕਿਤਾਬਾਂ ਰਾਹੀਂ ਪਹੁੰਚਾਈ ਹੈ। ਇਹਨਾਂ ਦੀਆਂ ਕਿਤਾਬਾਂ ਵਿਸ਼ੇਸ਼ ਤੌਰ 'ਤੇ ਮਾਲਾ ਮਣਕੇ ਦੇ ਦੋ ਵੱਖੋ ਵੱਖਰੇ ਵਰਜ਼ਨਸ ਨੇ, ਮਾਲਾ ਮਣਕੇ 1 ਐਂਡ ਮਾਲਾ ਮਣਕੇ 2, ਖਿੜਕੀਆਂ ਅਤੇ ਇਕੱਲਿਆਂ ਦਾ ਕਾਫਲਾ। ਉਸ ਤੋਂ ਇਲਾਵਾ ਐਸੇਜ਼ ਦੀ ਬਹੁਤ ਵੱਡੀ ਕਲੈਕਸ਼ਨ ਵਾਲੀਆਂ ਕਿਤਾਬਾਂ ਨੇ। ਇਹ ਪ੍ਰੋਫੈਸਰ ਕਪੂਰ ਦੀ ਲੇਖਣੀ ਦੀ ਇੱਕ ਸਭ ਤੋਂ ਵਧੀਆ ਗੱਲ ਇਹ ਆ ਕਿ ਜਿਹੜੇ ਆਮ ਤੌਰ 'ਤੇ ਜਿਹੜੇ ਲੋਕ 80s ਜਾਂ 90s ਦੇ ਵਿੱਚ ਜਿਨ੍ਹਾਂ ਦੀ ਪਰਵਰਿਸ਼ ਹੋਈ ਅਤੇ ਜਿਹੜੇ ਕਸਬਿਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵੱਡੇ ਹੋਏ ਅਤੇ ਪੰਜਾਬ ਦੇ ਵਿੱਚ ਹੀ ਰਹੇ ਪਰ ਉਹ ਪੇਂਡੂ ਜ਼ਿੰਦਗੀ ਬਾਰੇ ਉਹਨਾਂ ਨੂੰ ਪਤਾ ਤਾਂ ਸੀ ਪਰ ਉਹਨਾਂ ਨੇ ਪੇਂਡੂ ਜ਼ਿੰਦਗੀ ਹੰਢਾਈ ਨਹੀਂ ਸੀ। ਆਮ ਤੌਰ 'ਤੇ ਜਿੰਨਾ ਕੁਛ ਵੀ ਪੰਜਾਬੀ 'ਚ ਲਿਖਿਆ ਗਿਆ ਉਹ ਉਸ ਨੁਕਤੇ ਨਿਗਾਹ ਤੋਂ ਲਿਖਿਆ ਗਿਆ ਅਤੇ ਜਿਹੜਾ ਵਿਅਕਤੀ ਜਿਹੜਾ ਕੋਈ ਬੱਚਾ ਜਿਹੜਾ 80s ਦੇ ਵਿੱਚ 90s ਦੇ ਵਿੱਚ ਜਿਹੜੇ ਹੁਣ ਆਪਣੇ ਮਿਡ ਟੂ ਅਰਲੀ 30s ਦੇ ਵਿੱਚ ਨੇ, ਲੇਟ 30s ਦੇ ਵਿੱਚ ਨੇ, ਜੇ ਉਹ ਕਸਬੇ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਵੱਡੇ ਬੜੇ ਹੋਏ ਅਤੇ ਉਹਨਾਂ ਨੂੰ ਉਸ ਜ਼ਿੰਦਗੀ ਦੀਆਂ ਉਸ ਜਿਹੜੀਆਂ ਤਸ਼ਬੀਹਾਂ ਸੀ ਉਹਨਾਂ ਦੇ ਨਾਲ ਉਹ ਰਿਲੇਟ ਨਹੀਂ ਸਨ ਕਰ ਪਾਉਂਦੇ। ਪਰ ਜਦੋਂ ਤੁਸੀਂ ਪ੍ਰੋਫੈਸਰ ਕਪੂਰ ਵੱਲੋਂ ਬੜੀ ਸਰਲ ਪੰਜਾਬੀ ਦੇ ਵਿੱਚ ਲਿਖੀਆਂ ਉਹ ਗੱਲਾਂ ਪੜ੍ਹਦੇ ਹੋ ਅਤੇ ਉਹ ਇਸ ਤਰ੍ਹਾਂ ਅਸਰ ਕਰਦੀਆਂ ਨੇ ਕਿਉਂਕਿ ਉਹ ਤੁਹਾਡੀ ਸੋਚ ਨੂੰ ਤਰਾਸ਼ਦੀਆਂ ਨੇ, ਸੋਚ ਨੂੰ ਸੰਵਾਰਦੀਆਂ ਨੇ, ਜ਼ਿੰਦਗੀ ਦੇ ਵਿੱਚੋਂ ਕੱਢੀਆਂ ਹੋਈਆਂ ਓਬਜ਼ਰਵੇਸ਼ਨਸ ਜਦੋਂ ਤੁਸੀਂ ਉਹਨਾਂ ਨਾਲ ਉਹਨਾਂ ਨੂੰ ਪੜ੍ਹਦੇ ਹੋ ਤਾਂ ਬਹੁਤ ਸਾਰੀਆਂ ਉਹਨਾਂ ਗੱਲਾਂ ਦੇ ਨਾਲ ਡਾਇਰੈਕਟਲੀ ਰਿਲੇਟ ਕਰਦੇ ਹੋ। ਸੋ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 'ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਾਡੇ ਸੁਭਾਗ ਨੇ ਕਿ ਅਸੀਂ ਉਹਨਾਂ ਨਾਲ ਗੱਲ ਕਰ ਪਾ ਰਹੇ ਹਾਂ। ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਉਹ ਅਵੇਲੇਬਲ ਹੋ ਸਕੇ। ਦੇਰ ਰਾਤ ਦਾ ਸਮਾਂ ਹੈ ਇੰਡੀਆ ਦੇ ਵਿੱਚ ਪਰ ਫਿਰ ਵੀ ਉਹ ਉਪਲਬਧ ਹਨ ਗੱਲਬਾਤ ਕਰਨ ਲਈ। ਪ੍ਰੋਫੈਸਰ ਕਪੂਰ, ਤੁਹਾਡਾ ਕਨੈਕਟ FM ਦੀਆਂ ਹਵਾਈ ਤਰੰਗਾਂ 'ਤੇ ਬਹੁਤ ਬਹੁਤ ਸਵਾਗਤ ਹੈ ਅਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ। ਧੰਨਵਾਦ ਤੁਹਾਡਾ ਸਾਰਿਆਂ ਦਾ। ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਜੀ, ਜੇ ਅਸੀਂ ਗੱਲ ਕਰੀਏ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀ ਅਤੇ ਕਿਸੇ ਦੀ ਮਾਂ ਬੋਲੀ ਪੰਜਾਬੀ ਹੈ ਅਤੇ ਕਿਸੇ ਦੀ ਕੋਈ ਹੋਰ ਭਾਸ਼ਾਵਾਂ ਹਨ, ਸਾਡੇ ਜਿਹੜੇ ਜ਼ਿਆਦਾਤਰ ਸੁਣਨ ਵਾਲਿਆਂ ਦੀ ਤਾਦਾਦ ਹੈ, ਇੱਕ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਫਸਟ ਲੈਂਗੁਏਜ, ਪਹਿਲੀ ਭਾਸ਼ਾ ਪੰਜਾਬੀ ਭਾਸ਼ਾ ਹੈ। ਤੁਸੀਂ ਖੁਦ ਅੰਗਰੇਜ਼ੀ ਦੇ ਲੈਕਚਰਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਜੀ, ਫਿਰ ਪੰਜਾਬੀ ਵਿੱਚ ਲਿਖਣ ਦਾ ਰੁੱਖ ਕਰਨ ਵਾਸਤੇ ਪ੍ਰੇਰਣਾ ਕਿੱਥੋਂ ਆਈ? ਮੈਂ ਅੰਗਰੇਜ਼ੀ ਦਾ ਲੈਕਚਰਰ ਸੀ ਗੌਰਮੈਂਟ ਕਾਲਜ ਸੰਗਰੂਰ ਦੇ ਵਿੱਚ ਅਤੇ ਉੱਥੇ ਰਹਿੰਦਿਆਂ ਮੈਂ 2 MA ਹੋਰ ਕੀਤੀਆਂ, MA ਫਿਲੋਸਫੀ ਅਤੇ MA ਪੰਜਾਬੀ। ਉਹਨਾਂ ਦੇ ਆਧਾਰ 'ਤੇ ਮੈਂ ਪੰਜਾਬੀ ਯੂਨੀਵਰਸਿਟੀ ਵਿੱਚ ਆ ਗਿਆ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪ੍ਰੈਸ ਲੱਗਿਆ। ਉੱਥੇ ਪੜ੍ਹਦਿਆਂ ਮੈਂ ਮਹਿਸੂਸ ਕੀਤਾ ਕਿ ਇੱਥੇ ਜਿਹੜੀ ਵਾਰਤਕ ਪੜ੍ਹਾਈ ਜਾ ਰਹੀ ਹੈ ਉਹ ਧਰਮ ਦੇ ਪ੍ਰਭਾਵ ਥੱਲੇ ਹੈ ਅਤੇ ਉਹ ਅਜੋਕੇ ਸਮੇਂ ਦੀਆਂ ਲੋੜਾਂ ਨੂੰ ਪੂਰੀਆਂ ਨਹੀਂ ਕਰਦੀ। ਉਸ ਵੇਲੇ ਫਿਰ ਮੈਂ ਲਿਖਣਾ ਸ਼ੁਰੂ ਕੀਤਾ ਅਤੇ ਪੰਜਾਬੀ ਟ੍ਰਿਬਿਊਨ ਨੂੰ ਛਪਣ ਵਾਸਤੇ ਭੇਜਦਾ ਰਿਹਾ, ਉਹ ਛਾਪਦੇ ਰਹੇ, ਇਵੇਂ ਲਿਖਦਿਆਂ ਲਿਖਣ ਦੀ ਆਦਤ ਪੈ ਗਈ ਜੀ। ਪ੍ਰੋਫੈਸਰ ਕਪੂਰ, ਤੁਹਾਡੀਆਂ ਲਿਖਤਾਂ ਨੇ ਇੱਕ ਅਜਿਹੀ ਘਾਟ ਪੂਰੀ ਕੀਤੀ ਜਿਵੇਂ ਮੈਂ ਸ਼ੁਰੂਆਤ 'ਚ ਵੀ ਗੱਲ ਕੀਤੀ ਨਾ ਕਿ ਜਿਹੜੇ ਲੋਕ ਰਿਲੇਟ ਨਹੀਂ ਕਰ ਸਕਦੇ ਸੀ ਜਿਸ ਤਰ੍ਹਾਂ ਦੇ ਪੰਜਾਬੀ ਲਿਟਰੇਚਰ ਦੇ ਨਾਲ, ਤੁਸੀਂ ਜਿਹੜਾ ਉਹ ਖਲਾ ਸੀ ਉਹਨੂੰ ਬਹੁਤ ਬਾਖੂਬੀ ਭਰਿਆ ਅਤੇ ਹੁਣ ਜਿਹੜੇ ਪੰਜਾਬੀ ਦੇ ਨਾਲ ਵੀ ਤੁਹਾਡੀਆਂ ਲਿਖਤਾਂ ਕਰਕੇ ਇੱਕ ਵੱਡੀ ਜਨਰੇਸ਼ਨ ਹੈ, ਬਹੁਤ ਸਾਰੇ ਲੋਕ ਨੇ ਜਿਹੜੇ ਕਿ ਤੁਹਾਡੀਆਂ ਲਿਖਤਾਂ ਕਾਰਨ ਜੁੜ ਗਏ ਨੇ। ਅਤੇ ਆਈ ਥਿੰਕ ਸੋਸ਼ਲ ਮੀਡੀਆ ਦੇ ਇਸ ਦੌਰ ਨੇ ਤੁਹਾਡੇ ਜਿਹੜੇ ਮਾਲਾ ਮਣਕੇ ਦੇ ਕੋਟਸ ਨੇ, ਉਹ ਕਲੈਕਸ਼ਨ ਹੈ, ਉਸ ਨੂੰ ਹੋਰ ਜ਼ਿਆਦਾ ਹੁਲਾਰਾ ਦਿੱਤਾ। ਤੁਸੀਂ ਭਾਸ਼ਾ ਦੇ ਵਿਕਾਸ ਨੂੰ ਸੋਸ਼ਲ ਮੀਡੀਆ ਦੇ ਸੰਦਰਭ ਵਿੱਚ ਕਿਵੇਂ ਦੇਖਦੇ ਹੋ? ਇਉਂ ਹੈ ਕਿ ਕੋਈ ਵੀ ਭਾਸ਼ਾ ਜਿਹੜੀ ਹੈ ਨਾ ਉਸਨੂੰ ਸਿੱਖਣ ਦੇ 4 ਪੜਾਅ ਹੁੰਦੇ ਹਨ। ਪਹਿਲਾ ਪੜਾਅ ਹੁੰਦਾ ਉਸਨੂੰ ਸਮਝ ਸਕਣਾ ਜੀ, ਦੂਜਾ ਹੁੰਦਾ ਉਸਨੂੰ ਬੋਲ ਸਕਣਾ, ਤੀਜਾ ਹੁੰਦਾ ਉਸਨੂੰ ਪੜ੍ਹ ਸਕਣਾ ਅਤੇ ਚੌਥਾ ਹੁੰਦਾ ਉਸਨੂੰ ਲਿਖ ਸਕਣਾ। ਇਹ ਜਿਹੜੇ ਪਹਿਲੇ 2 ਹਨ ਨਾ, ਸਮਝ ਸਕਣਾ ਅਤੇ ਬੋਲ ਸਕਣਾ, ਇਹ ਬੱਚਾ ਘਰ ਦੇ ਵਿੱਚ ਘਰ ਦੇ ਜੀਆਂ ਦੇ ਨਾਲ ਬੋਲ ਚਾਲ ਦੇ ਰਾਹੀਂ ਸਿੱਖ ਜਾਂਦਾ ਹੈ, ਕਿਉਂਕਿ ਇਹ 2 ਉਸਨੇ ਸੌਖਿਆਂ ਹੀ ਸਿੱਖ ਲਈਆਂ ਹੁੰਦੀਆਂ ਅਤੇ ਇਹ ਮਾਂ ਦੇ ਨਾਲ ਜੋੜ ਕੇ, ਕਿਉਂਕਿ ਮਾਂ ਦਾ ਸੰਪਰਕ ਬੱਚੇ ਦੇ ਨਾਲ ਜ਼ਿਆਦਾ ਹੁੰਦਾ ਅਤੇ ਮਾਂ ਜ਼ਿਆਦਾ ਬੋਲਦੀ ਹੈ ਬੱਚੇ ਦੇ ਨਾਲ, ਅਤੇ ਮਾਂ ਦੇ ਬੋਲਣ ਨਾਲ ਬੱਚਾ ਸਿੱਖਦਾ। ਬੱਚਾ ਜਿਹੜਾ ਹੈ ਆਪ ਨਹੀਂ ਬੋਲਦਾ, ਉਹ ਸੁਣੇ ਹੋਏ ਨੂੰ ਦੁਹਰਾਉਂਦਾ, ਸੁਣੇ ਹੋਏ ਨੂੰ ਵਾਪਸ ਕਰਦਾ। ਇਸ ਢੰਗ ਦੇ ਨਾਲ ਜੇਕਰ ਉਸਨੇ
ਪੜ੍ਹਨਾ ਤੇ ਲਿਖਣਾ ਵੀ ਸਿੱਖਣਾ ਹੋਵੇ ਤਾਂ ਉਸਨੂੰ ਸਕੂਲ ਕਾਲਜ ਜਾਣਾ ਪਏਗਾ। ਕਹਿਣ ਤੋਂ ਭਾਵ ਇਹ ਹੈਗਾ ਕਿ ਮਾਂ ਬੋਲੀ ਕੇਵਲ ਪੰਜਾਬੀ ਹੀ ਨਹੀਂ ਹੈ, ਹਰ ਬੋਲੀ ਮਾਂ ਬੋਲੀ ਹੈ, ਉਸ ਨੂੰ ਬੋਲਣ ਵਾਲਿਆਂ ਦੀ ਉਹ ਮਾਂ ਬੋਲੀ ਹੈ। ਪਰੰਤੂ ਪੰਜਾਬ ਦੇ ਵਿੱਚ ਇਹ ਹੋਇਆ ਹੈ ਕਿ ਪੰਜਾਬੀ ਨੂੰ ਅਸੀਂ ਮਾਂ ਬੋਲੀ ਸਮਝ ਕੇ ਨੇ ਇਹਦੇ ਵੱਲ ਯੋਗ ਧਿਆਨ ਨਹੀਂ ਦਿੱਤਾ, ਇਸ ਨੂੰ ਅਸੀਂ ਸੌਖੀ ਸਮਝ ਕੇ ਸਕੂਲਾਂ ਕਾਲਜਾਂ ਵਿੱਚ ਵੀ ਧਿਆਨ ਨਾਲ ਨਹੀਂ ਪੜ੍ਹੀ। ਜਦੋਂ ਤੱਕ ਕੋਈ ਭਾਸ਼ਾ ਚੰਗੀ ਤਰ੍ਹਾਂ ਨਾਲ ਸਿੱਖੀ ਜਾਵੇ ਹੋਰ ਭਾਸ਼ਾਵਾਂ ਨੂੰ ਸਿੱਖਣਾ ਸੌਖਾ ਨਹੀਂ ਹੁੰਦਾ ਜੀ। ਸੋ ਇੱਕ ਭਾਸ਼ਾ ਦੀ ਚੰਗੀ ਸਿਖਲਾਈ ਹੋਰ ਭਾਸ਼ਾਵਾਂ ਸੁਣਨ ਵਾਸਤੇ ਬੁਨਿਆਦ ਬਣ ਜਾਂਦੀ ਹੈ। ਅਸੀਂ ਪੰਜਾਬੀ ਚੰਗੀ ਤਰ੍ਹਾਂ ਨਹੀਂ ਪੜ੍ਹੀ ਲਿਖੀ, ਨਹੀਂ ਪੜ੍ਹੀ ਲਿਖਣੀ ਸਿੱਖੀ, ਇਸ ਕਰਕੇ ਅਸੀਂ ਹੋਰ ਭਾਸ਼ਾਵਾਂ ਵਿੱਚ ਵੀ ਕਮਜ਼ੋਰ ਹਾਂ। ਮੈਂ ਕਹਾਂਗਾ ਕਿ ਪੰਜਾਬੀ ਜਿਹੜੇ ਹਨ ਉਹ ਪੰਜਾਬੀ ਵਿੱਚ ਵੀ ਕਮਜ਼ੋਰ ਹਨ ਤੇ ਹੋਰ ਭਾਸ਼ਾਵਾਂ ਵਿੱਚ ਵੀ ਕਮਜ਼ੋਰ ਹਨ। ਇਸ ਕਰਕੇ ਇਹਨਾਂ ਦੀ ਹੁਣ ਭਾਸ਼ਾ ਦੇ ਪੱਖੋਂ ਖੜੋਤ ਆਈ ਹੋਈ ਹੈਗੀ ਹੈ। ਤੇ ਜਿਹੜਾ ਸੋਸ਼ਲ ਮੀਡੀਆ ਹੈਗਾ ਇਹ ਚਲੰਤ ਜਿਹਾ ਗੱਪਾਂ ਮਾਰਨ ਵਾਲਾ ਕੰਮ ਕਰਦਾ, ਇਹ ਗੱਲਬਾਤ ਵਾਲਾ ਕੰਮ ਨਹੀਂ ਕਰਦਾ ਹੈ ਜੀ। ਜਦੋਂ ਤੱਕ ਬੰਦਾ ਗੱਲਬਾਤ ਨਹੀਂ ਕਰਦਾ ਉਹ ਕੁਝ ਸਿੱਖਦਾ ਨਹੀਂ ਹੈ। ਗੱਪਾਂ ਨਾਲ ਜਿਹੜੀ ਹੈ ਨਾ ਉਹਦੇ ਨਾਲ ਹਾਸਾ ਮਖੌਲ ਤਾਂ ਹੋ ਜਾਂਦਾ ਪਰੰਤੂ ਉਸ ਦੇ ਨਾਲ ਕੁਝ ਸਿੱਖਿਆ ਨਹੀਂ ਜਾ ਸਕਦਾ। ਸੋਸ਼ਲ ਮੀਡੀਆ ਜਿਹੜਾ ਹੈ ਉਸ ਤੋਂ ਅਸੀਂ ਕੁਝ ਸਿੱਖ ਨਹੀਂ ਸਕਦੇ, ਆਪਣਾ ਟਾਈਮ ਗੁਜ਼ਾਰ ਸਕਦੇ ਹਾਂ। ਪਹਿਲਾਂ ਕਹਿੰਦੇ ਹੁੰਦੇ ਸੀ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਭੈੜੀਆਂ ਗੱਲਾਂ ਹਨ ਜਿਨ੍ਹਾਂ ਤੋਂ ਅਸੀਂ ਛੁਟਕਾਰਾ ਪਾਉਣਾ ਹੈ। ਹੁਣ ਪੰਜ ਹੋਰ ਜੁੜ ਗਈਆਂ ਹਨ। ਅੱਛਾ ਜੀ, ਯੂਟਿਊਬ ਹੈ, ਈਮੇਲ ਹੈ, ਇੰਸਟਾਗ੍ਰਾਮ ਹੈ, ਇਹ ਜਿਹੜੀਆਂ ਨਾ ਫੇਸਬੁੱਕ ਹੈ, ਇਹ ਪੰਜ ਹੋਰ ਜੁੜ ਗਈਆਂ ਹਨ, ਇਹਨਾਂ ਤੋਂ ਵੀ ਸਾਨੂੰ ਛੁਟਕਾਰਾ ਪਾਉਣਾ ਪਏਗਾ। ਇਸ ਕਰਕੇ ਜਿਹੜੇ ਲੋਕ ਸੋਸ਼ਲ ਮੀਡੀਆ ਨੂੰ ਵਧੇਰੇ ਵਰਤ ਰਹੇ ਹਨ ਉਹ ਆਪਣਾ ਸਮਾਂ ਵਿਅਰਥ ਗਵਾ ਰਹੇ ਹਨ, ਉਹ ਕੁਝ ਸਿੱਖ ਨਹੀਂ ਰਹੇ, ਆਪਣੇ ਕੰਮ ਕਰਨ ਦੀ ਯੋਗਤਾ ਕਮਾਉਣ ਦੀ ਯੋਗਤਾ ਨੂੰ ਖੋਰਾ ਲਾ ਰਹੇ ਹਨ। ਉਹ ਆਰਥਿਕ ਪੱਖੋਂ ਬਹੁਤੇ ਖੁਸ਼ਹਾਲ ਨਹੀਂ ਹੋ ਸਕਣਗੇ ਕਿਉਂਕਿ ਉਹਨਾਂ ਦੇ ਵਿੱਚ ਸਿੱਖਣ ਦੀ ਯੋਗਤਾ ਨਹੀਂ ਹੈ। ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਨੂੰ 12 ਕਰੋੜ ਲੋਕ ਬੋਲਦੇ ਹੈ ਜੀ, ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ, ਸੋਚਣ ਵਾਲੀ ਗੱਲ ਹੈ ਕਿ ਸੋਚਦੇ ਕਿਤਨੇ ਹਨ ਪੰਜਾਬੀ ਦੇ ਵਿੱਚ। ਪੰਜਾਬੀ ਅਸੀਂ ਬੋਲਦੇ ਜ਼ਰੂਰ ਹਾਂ ਪਰੰਤੂ ਪੰਜਾਬੀ ਵਿੱਚ ਸੋਚਦੇ ਨਹੀਂ, ਜੇ ਸੋਚਦੇ ਹੁੰਦੇ ਤਾਂ ਅਸੀਂ ਕੋਈ ਨਵਾਂ ਥਾਟ ਪੈਦਾ ਕਰਨਾ ਸੀ। ਪੰਜਾਬ ਦੇ ਵਿੱਚ ਗੁਰੂ ਸਾਹਿਬਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਜੋ ਵਿਚਾਰ ਪੈਦਾ ਹੋ ਗਏ, ਜੋ ਥਾਟ ਪੈਦਾ ਹੋ ਗਿਆ, ਉਸ ਤੋਂ ਬਾਅਦ ਪੰਜਾਬੀਆਂ ਨੇ ਕੋਈ ਥਾਟ ਪੈਦਾ ਨਹੀਂ ਕੀਤਾ ਹੈ, ਅਸੀਂ ਉੱਥੇ ਹੀ ਖੜੇ ਹੈਗੇ ਹਾਂ। ਸੋ ਅਗਲੇਰੇ ਵਿਕਾਸ ਵਾਸਤੇ ਸਾਨੂੰ ਸੋਚਣ ਦੀ ਆਦਤ ਪਾਉਣੀ ਪਏਗੀ ਤੇ ਸੋਚਣ ਦੀ ਆਦਤ ਪੈਂਦੀ ਹੈ ਵਿਸ਼ਲੇਸ਼ਣੀ ਢੰਗ ਨਾਲ ਗੱਲਬਾਤ ਕਰਨੀ ਜੀ। ਵਿਸ਼ਲੇਸ਼ਣੀ ਢੰਗ ਦੇ ਨਾਲ ਅਸੀਂ ਗੱਲਬਾਤ ਨਹੀਂ ਕਰਦੇ ਹੈ, ਅਸੀਂ ਇੱਕ ਦੂਜੇ ਦਾ ਮਖੌਲ ਉਡਾਉਣ ਵਾਲੀ ਗੱਲ ਕਰਦੇ ਹੈਗੇ ਹਾਂ। ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿੱਚ ਜਦੋਂ ਫਿਲਾਸਫੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਫਿਲਾਸਫਰਾਂ ਦੇ ਲਤੀਫੇ ਸੁਣਾ ਕੇ ਖਤਮ ਹੋ ਜਾਂਦੀ ਹੈ, ਮਤਲਬ ਕਿ ਫਿਲਾਸਫੀ ਕੋਈ ਨਹੀਂ ਹੈ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਫਿਲਾਸਫੀ ਨਹੀਂ ਹੈ ਜਿਸ ਨੂੰ ਫਿਲਾਸਫੀ ਕਹਿੰਦੇ ਹੈ। ਫਿਲਾਸਫੀ ਜਿਹੜੀ ਹੈ ਦੁਨੀਆਂ ਦੇ ਵਿੱਚ ਵਿਗਿਆਨ ਦਾ ਆਧਾਰ ਬਣੀ ਹੈ, ਉਹ ਫਿਲਾਸਫੀ ਵਿਗਿਆਨ ਬਣ ਕੇ ਦੁਨੀਆਂ ਦੇ ਵਿੱਚ ਟੈਕਨੋਲੋਜੀ ਦੇ ਰੂਪ ਵਿੱਚ ਆਈ ਹੈਗੀ ਹੈ ਕਿਉਂਕਿ ਉਹਦੇ ਵਿੱਚ ਲੌਜਿਕ ਹੁੰਦਾ ਹੈ ਜੀ। ਹਰ ਚੀਜ਼ ਜਿਸ ਦੇ ਵਿੱਚ ਲੌਜਿਕ ਹੋਏਗਾ ਉਹ ਸਾਡੇ ਵਿਕਾਸ ਦੇ ਵਿੱਚ ਸਹਾਈ ਹੋਏਗੀ। ਪੰਜਾਬੀਆਂ ਦੇ ਕੋਲ ਲੌਜਿਕ ਨਹੀਂ ਹੈ ਤੇ ਜਿਹੜਾ ਸੋਸ਼ਲ ਮੀਡੀਆ ਹੈ ਇਹ ਵਕਤ ਗੁਜ਼ਾਰਨ ਦਾ ਮੈਂ ਕਹਾਂਗਾ ਕਿ ਸਭ ਤੋਂ ਨੀਵੀਂ ਪੱਧਰ ਦਾ ਕਾਰਜ ਹੈ। ਕਿਸੇ ਨੇ ਕਿਹਾ ਕਿ ਬਰਬਾਦ ਹੋਣ ਦੇ ਤਾਂ ਬੜੇ ਤਰੀਕੇ ਹਨ, ਕੋਈ ਦੱਸੋ, ਕਹਿੰਦੇ ਆ ਜਿਹੜਾ ਫੇਸਬੁੱਕ ਹੈਗਾ ਇਹ ਸਭ ਤੋਂ ਵਧੀਆ ਸਸਤਾ ਤਰੀਕਾ ਹੈਗਾ। ਅੱਛਾ, ਹੁਣ ਬਹੁਤ ਸਾਰੇ ਲੋਕ ਜਿਹੜੇ ਕਿ ਫੇਸਬੁੱਕ ਰਾਹੀਂ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਦੇ ਨੇ, ਜਾਂ ਕਈਆਂ ਦਾ ਇਹ ਮੰਨਣਾ ਹੈ ਕਿ ਸੋਸ਼ਲ ਮੀਡੀਆ ਦੇ ਆਉਣ ਨਾਲ ਖਾਸ ਤੌਰ 'ਤੇ ਜਦੋਂ ਖਬਰਾਂ ਦਾ ਪਸਾਰ ਹੋਇਆ ਜਾਂ ਲਿਪੀ ਦਾ ਪਸਾਰ ਵੀ ਕਾਫੀ ਹੱਦ ਤੱਕ ਹੋ ਰਿਹਾ, ਕਿਉਂਕਿ ਕਈ ਲੋਕ ਹੁਣ ਗੁਰਮੁਖੀ ਦੇ ਵਿੱਚ ਪੰਜਾਬੀ ਦੀ ਜੋ ਆਪਣੀ ਲਿਪੀ ਹੈ ਉਸ ਦੇ ਵਿੱਚ ਸੁਨੇਹੇ ਲਿਖ ਕੇ ਪੋਸਟ ਕਰਦੇ ਨੇ, ਤੁਹਾਨੂੰ ਲੱਗਦਾ ਨਹੀਂ ਪ੍ਰੋਫੈਸਰ ਸਾਹਿਬ ਵੀ ਉਹਦੇ ਨਾਲ ਭਾਸ਼ਾ ਨੂੰ ਹੋਰ ਜ਼ਿਆਦਾ ਹੁਲਾਰਾ ਮਿਲਦਾ? ਨਹੀਂ, ਭਾਸ਼ਾ ਨੂੰ ਹੁਲਾਰਾ ਨਹੀਂ ਮਿਲਦਾ, ਭਾਸ਼ਾ ਨੂੰ ਹੁਲਾਰਾ ਮਿਲਦਾ ਸਹੀ ਢੰਗ ਨਾਲ ਲਿਖਣ ਅਤੇ ਪੜ੍ਹਨ ਨੂੰ। ਮਿਸਾਲ ਦੇ ਤੌਰ 'ਤੇ ਅੰਗਰੇਜ਼ੀ ਦੇ ਵਿੱਚ ਜਿਹੜੇ ਮੈਸੇਜਸ ਆ ਜਾ ਰਹੇ ਹੈ ਉਹਨਾਂ ਦੇ ਨਾਲ ਅੰਗਰੇਜ਼ੀ ਵਿਗੜ ਰਹੀ ਹੈ, ਸੁਧਰ ਨਹੀਂ ਰਹੀ ਜੀ। ਉਹਨਾਂ ਲੋਕਾਂ ਨੂੰ ਅੰਗਰੇਜ਼ੀ ਠੀਕ ਢੰਗ ਨਾਲ ਲਿਖਣੀ ਉਹ ਭੁੱਲ ਗਈ ਹੈ ਜੀ। ਹਾਂ, ਭਾਵ ਹੈਗਾ ਕਿ ਹਾਂ ਹਾਂ ਹਾਂ, ਜਿਹੜੀ ਕਿਸੇ ਵਿਅਕਤੀ ਦੀ ਸੈਂਸ ਆਫ ਆਈਡੈਂਟੀ ਹੈ, ਜਿਹੜੀ ਆਪਣੇ ਆਪ ਦੀ ਜੋ ਸੋਝੀ ਹੈ, ਆਪ ਦੀ ਸੋਝੀ ਹੈ, ਉਸ ਦੇ ਵਿੱਚ ਭਾਸ਼ਾ ਦੀ ਕਿੰਨੀ ਭੂਮਿਕਾ?
ਭਾਸ਼ਾ ਜਿਹੜੀ ਹੈ ਸੱਭਿਆਚਾਰ ਦੇ ਨਾਲ ਸੱਭਿਆਚਾਰ ਦਾ ਆਧਾਰ ਹੈ ਤੇ ਭਾਸ਼ਾ ਜਦੋਂ ਤੁਸੀਂ ਕੋਈ ਬੋਲਦੇ ਹੋ ਇੱਕ ਤੁਸੀਂ ਧਿਆਨ ਦੇਣਾ ਕਦੇ ਜਦੋਂ ਸਾਨੂੰ ਕੋਈ ਬੰਦਾ ਮਿਲਦਾ ਨਾ ਅਸੀਂ ਉਹਦੇ ਕੱਪੜਿਆਂ ਵੱਲ ਉਹਦੀ ਡੀਲ ਡੋਲ ਵੱਲ ਉਹਦੀ ਸ਼ਕਲ ਸੂਰਤ ਵੱਲ ਧਿਆਨ ਦਿੰਦੇ ਹਾਂ ਇਹ ਉਦੋਂ ਤੱਕ ਹੀ ਦਿੰਦੇ ਹਾਂ ਜਦੋਂ ਤੱਕ ਉਹ ਬੋਲਦਾ ਨੀ ਜਦੋਂ ਉਹ ਬੋਲਦਾ ਫਿਰ ਸਾਡਾ ਧਿਆਨ ਉਸਦੇ ਦਿਮਾਗ ਤੇ ਚਲਾ ਜਾਂਦਾ ਵੀ ਇਹਦੀ ਸੋਚ ਕੀ ਹੈ ਇਹਦੀ ਵੋਕੈਬਲਰੀ ਕੀ ਹੈ ਇਹ ਕੀ ਗੱਲ ਕਿਵੇਂ ਕਹਿ ਰਿਹਾ ਹੈ ਕਿ ਇਹ ਸਿਆਣੇ ਢੰਗ ਨਾਲ ਆਪਣੀ ਗੱਲ ਕਹਿ ਰਿਹਾ ਹੈ ਕਿ ਇਹ ਗੱਲ ਮੰਨਣ ਯੋਗ ਹੈ ਕਿ ਇਸ ਗੱਲ ਤੇ ਅਮਲ ਕਰਨ ਯੋਗ ਹੈ ਕਿ ਇਹ ਗੱਲ ਉਪਯੋਗੀ ਹੈ ਕਿ ਇਹ ਗੱਲ ਲਾਭਕਾਰੀ ਹੈ ਮਤਲਬ ਇਹ ਸਾਰੀਆਂ ਗੱਲਾਂ ਜਿਹੜੀਆਂ ਹਨ ਉਹ ਧਿਆਨ 'ਚ ਰੱਖਣੀਆਂ ਪੈਣਗੀਆਂ ਅਤੇ ਸੋਸ਼ਲ ਮੀਡੀਆ ਜਿਹੜਾ ਹੈ ਉਹ ਬਹੁਤ ਨੀਵੀਂ ਪੱਧਰ ਦੇ ਸੋਚ ਵਾਲੇ ਲੋਕਾਂ ਦਾ ਮੀਡੀਆ ਹੈ ਇਹਦੇ ਵਿੱਚ ਕੋਈ ਕਿਸੇ ਕਿਸਮ ਦੇ ਵਿਕਾਸ ਦੀਆਂ ਸੰਭਾਵਨਾਵਾਂ ਮੈਨੂੰ ਨਹੀਂ ਨਜ਼ਰ ਆਉਂਦੀਆਂ ਹੈਗੀਆਂ ਇਹ ਵਕਤ ਗੁਜ਼ਾਰਨ ਦਾ ਇੱਕ ਢੰਗ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿ ਉਹ ਲੋਕਾਂ ਨੂੰ ਆਪਸ ਵਿੱਚ ਜੋੜਨ ਦਾ ਬਹੁਤ ਵਧੀਆ ਕੰਮ ਕੀਤਾ ਸੋਸ਼ਲ ਮੀਡੀਆ ਨੇ ਮਤਲਬ ਮੈਂ ਇਸ ਕਰਕੇ ਤੁਹਾਡੇ ਵਿਚਾਰ ਇੱਥੇ ਜਾਣਨਾ ਚਾਹੁੰਦਾ ਕਿਉਂਕਿ ਬਹੁਤ ਵੱਡੀ ਗਿਣਤੀ ਹੈ ਸਾਡੇ ਸੁਣਨ ਵਾਲਿਆਂ ਦੀ ਜਿਹੜੇ ਕਿ ਕਹਿੰਦੇ ਨੇ ਕਿ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਆਮ ਬੰਦੇ ਦੇ ਹੱਥ ਵਿੱਚ ਇਹ ਤਾਕਤ ਆ ਗਈ ਕਿ ਉਹ ਸਵਾਲ ਪੁੱਛ ਸਕਦਾ ਉਹ ਅਥਾਰਟੀ ਨੂੰ ਸਿੱਧਾ ਕੰਟੈਕਟ ਕਰ ਸਕਦਾ ਇਹਦੇ ਨਾਲ ਜਾਣਕਾਰੀ ਦਾ ਪਸਾਰ ਵੱਧ ਗਿਆ ਸੋ ਤੁਹਾਡੇ ਜਿਹੜੇ ਵਿਚਾਰ ਨੇ ਉਹ ਇਸ ਕਰਕੇ ਮੈਂ ਜਾਣਨੇ ਜ਼ਰੂਰ ਚਾਹੁੰਦਾ ਕਿਉਂਕਿ ਜਿਸ ਲੈਵਲ 'ਤੇ ਤੁਸੀਂ ਕੰਮ ਕੀਤਾ ਨਾ ਪ੍ਰੋਫੈਸਰ ਸਾਹਿਬ ਉੱਥੇ ਇਸ ਗੱਲ ਨੂੰ ਹੋਰ ਜ਼ਿਆਦਾ ਡੂੰਘਾਈ ਵਿੱਚ ਸਮਝਣਾ ਲਾਜ਼ਮੀ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਠੀਕ ਠੀਕ ਹੈ ਤੁਹਾਡੀ ਗੱਲ ਇਹ ਆਪਾਂ ਜਦੋਂ ਉਸਦੀ ਵਰਤੋਂ ਕਰਦੇ ਹਾਂ ਨਾ ਦੇਖਣਾ ਇਹ ਹੁੰਦਾ ਕਿ ਉਹਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਕਿ ਉਹਦੀ ਦੁਰਵਰਤੋਂ ਜ਼ਿਆਦਾ ਹੋ ਰਹੀ ਹੈ ਇਸੇ ਫੈਸਲਾ ਹੋ ਜਾਏਗਾ ਸਾਰਾ ਕਿ ਉਹਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਕਿ ਉਸਦੀ ਦੁਰਵਰਤੋਂ ਜ਼ਿਆਦਾ ਹੋ ਰਹੀ ਹੈ ਮਿਸਾਲ ਦੇ ਤੌਰ 'ਤੇ ਸਮਾਰਟ ਫੋਨ ਹੈ ਫੋਨ ਬੇਸਿਕਲੀ ਬਿਜ਼ਨਸ ਇੰਸਟਰੂਮੈਂਟ ਹੈ ਪਰੰਤੂ ਅਸੀਂ ਇਸ ਨੂੰ ਗੈਰ ਕਾਨੂੰਨੀ ਰਿਸ਼ਤੇ ਉਸਾਰਨ ਵਾਸਤੇ ਵਰਤ ਰਹੇ ਹਾਂ ਇਸ ਨੂੰ ਜਿਹਨਾਂ ਢੰਗਾਂ ਵਾਸਤੇ ਵਰਤ ਰਹੇ ਹਾਂ ਮਿਸਾਲ ਦੇ ਤੌਰ 'ਤੇ ਇਹ ਜਿਹੜਾ ਸੋਸ਼ਲ ਮੀਡੀਆ ਹੈ ਇਸ ਦੀ ਦੁਰਵਰਤੋਂ ਜਿਹੜੀ ਹੈ ਟੈਰਰਿਜ਼ਮ ਦੇ ਰਾਹੀਂ ਵੀ ਹੋ ਰਹੀ ਹੈ ਸੋ ਵੇਖਣਾ ਇਹ ਹੈ ਕਿ ਉਹਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਕਿ ਦੁਰਵਰਤੋਂ ਜ਼ਿਆਦਾ ਹੋ ਰਹੀ ਹੈ ਸੋ ਪ੍ਰੋਫੈਸਰ ਸਾਹਿਬ ਜੇ ਵਰਤੋਂ ਦੁਰਵਰਤੋਂ ਦੇ ਪੈਮਾਨੇ 'ਤੇ ਹੀ ਗੱਲ ਕਰੀਏ ਸੋ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਖਬਰਾਂ ਜਾਂ ਸਾਹਿਤ ਸ਼ੇਅਰ ਕਰਦੇ ਨੇ ਕਵਿਤਾਵਾਂ ਸ਼ੇਅਰ ਕਰਦੇ ਨੇ ਕੁਝ ਹੋਰ ਅਜਿਹੀਆਂ ਜਾਣਕਾਰੀ ਭਰਪੂਰ ਜਾਂ ਭਾਸ਼ਾ ਦੇ ਭਾਸ਼ਾ ਨੂੰ ਹੁਲਾਰਾ ਦੇਣ ਵਾਲੀਆਂ ਗੱਲਾਂ ਸਾਂਝੀਆਂ ਕਰਦੇ ਨੇ ਕੀ ਫਿਰ ਤੁਹਾਡੀ ਨਜ਼ਰ ਵਿੱਚ ਉਹ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਜਾਂ ਫਿਰ ਜਾਂ ਕੀ ਉਹ ਸੋਸ਼ਲ ਮੀਡੀਆ ਦੀ ਵਰਤੋਂ ਸਹੀ ਵਰਤੋਂ ਦੇ ਵਿੱਚ ਆਏਗਾ ਨਹੀਂ ਇਵੇਂ ਹੈ ਮੈਂ ਇਹਦੀ ਮਿਸਾਲ ਇਵੇਂ ਦੇਣੀ ਚਾਹਾਂਗਾ ਕਿ ਕੋਕਾ ਕੋਲਾ ਓਨਾ ਚਿਰ ਹੀ ਸਵਾਦ ਲੱਗਦਾ ਜਿੰਨਾ ਚਿਰ ਤੁਹਾਡੇ ਅੰਦਰ ਜਾ ਰਿਹਾ ਦੀ ਮੂਵਮੈਂਟ ਤੁਸੀਂ ਬੋਤਲ ਆਪਣੇ ਮੂੰਹ ਤੋਂ ਹਟਾ ਦਿਓ ਉਹਦਾ ਸਵਾਦ ਖਤਮ ਜੀ ਇਹੀ ਹਾਲ ਸੋਸ਼ਲ ਮੀਡੀਆ ਦਾ ਹੈ ਸੋਸ਼ਲ ਮੀਡੀਆ ਦੇ ਨਾਲ ਜਿੰਨਾ ਚਿਰ ਤੁਸੀਂ ਹੋਰ ਚੀਜ਼ਾਂ ਤੋਂ ਧਿਆਨ ਹਟਾ ਕੇ ਜੁੜੇ ਰਹੋਗੇ ਉਹਨੂੰ ਤੁਹਾਨੂੰ ਲੱਗੇਗਾ ਕਿ ਯੂ ਆਰ ਵੈਰੀ ਬਿਜ਼ੀ ਇਹ ਉਵੇਂ ਹੀ ਹੈ ਜਿਵੇਂ ਕੋਈ ਬੰਦਾ ਕਮੈਂਟਰੀ ਸੁਣ ਰਿਹਾ ਹੋਵੇ ਕ੍ਰਿਕਟ ਦੀ ਅਤੇ ਇਹ ਸੋਚੇ ਕਿ ਮੈਂ ਤਾਂ ਵਿਹਲਾ ਨਹੀਂ ਹੈਗਾ ਮੈਂ ਹੁਣ ਪੜ੍ਹਾਈ ਕਿਵੇਂ ਕਰਾਂ ਮੈਂ ਪਹਿਲਾਂ ਮੈਚ ਤਾਂ ਵੇਖ ਲਵਾਂ ਸੋ ਉਹ ਟਾਈਮ ਨੂੰ ਟਾਈਮ ਦੀ ਵਰਤੋਂ ਕਿਵੇਂ ਹੋ ਰਹੀ ਹੈ ਇਹ ਗੱਲ ਜਿਹੜੀ ਹੈ ਮੈਂ ਬਹੁਤੇ ਵਿਸਥਾਰ ਵਿੱਚ ਇੱਥੇ ਨਹੀਂ ਕਰ ਸਕਦਾ ਪਰੰਤੂ ਕਰਨ ਦੀ ਲੋੜ ਹੈਗੀ ਹੈ ਕਿ ਸੋਸ਼ਲ ਮੀਡੀਆ ਇੱਕ ਹੱਦ ਤੱਕ ਬੜਾ ਯੂਸਫੁਲ ਹੈ ਜੀ ਇੱਕ ਹੱਦ ਤੱਕ ਬੜਾ ਯੂਸਫੁਲ ਹੈ ਇਸ ਨੇ ਬਹੁਤ ਕੁਝ ਸੌਖਾ ਕਰ ਦਿੱਤਾ ਜੀ ਪਰੰਤੂ ਉਸ ਦੇ ਨਾਲ ਮਨੁੱਖ ਸਿਆਣਾ ਹੋਇਆ ਹੈ ਕਿ ਮੂਰਖ ਬਣਿਆ ਇਹ ਵੇਖਣ ਵਾਲੀ ਗੱਲ ਹੈ ਜੀ ਅੱਛਾ ਪ੍ਰੋਫੈਸਰ ਸਾਹਿਬ ਜੇ ਆਪਾਂ ਲੈਂਗੁਏਜ ਦੀ ਪਿਓਰਿਟੀ ਦੀ ਗੱਲ ਕਰੀਏ ਤੇ ਉਹਦੀ ਅਡੈਪਟੇਬਿਲਿਟੀ ਦੀ ਗੱਲ ਕਰੀਏ ਕਈ ਲੋਕੀ ਕਹਿੰਦੇ ਨੇ ਵੀ ਭਾਸ਼ਾ ਦੀ ਸ਼ੁੱਧਤਾ ਹੋਣੀ ਬੜੀ ਲਾਜ਼ਮੀ ਹੈ ਦੂਜੇ ਪਾਸੇ ਇਹ ਹੈ ਕਿ ਕਿਸੇ ਵੀ ਭਾਸ਼ਾ ਦਾ ਵਿਕਾਸ ਇਸ ਗੱਲ ਉੱਪਰ ਨਿਰਭਰ ਕਰਦਾ ਕਿ ਉਹ ਨਵੇਂ ਲਫ਼ਜ਼ ਕਿੰਨੇ ਕੁ ਜਜ਼ਬ ਕਰ ਸਕਦੀ ਹੈ ਆਪਣੇ ਆਪ ਦੇ ਵਿੱਚ ਭਾਸ਼ਾ ਦੀ ਜਜ਼ਬ ਕਰਨ ਦੀ ਅਤੇ ਨਵੇਂ ਲਫ਼ਜ਼ ਇਜਾਦ ਕਰਨ ਦੀ ਸਮਰੱਥਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਇਹ ਬਲਕਿ ਇਹ ਪੁਰਾਣਾ ਕਾਨਸੈਪਟ ਸੀ ਅੱਛਾ ਜੀ ਅੱਜ ਕੱਲ੍ਹ ਨਹੀਂ ਹੈ ਹਾਂ ਅੱਜ ਕੱਲ੍ਹ ਜਿਹੜਾ ਕਾਨਸੈਪਟ ਹੈ ਪਹਿਲਾਂ ਡਿਪਾਰਟਮੈਂਟ ਜਿਹੜੇ ਹੁੰਦੇ ਸੀ ਡਿਪਾਰਟਮੈਂਟ ਆਫ ਜਰਨਲਿਜ਼ਮ ਹੁੰਦਾ ਸੀਗਾ ਹੁਣ ਉਹ ਡਿਪਾਰਟਮੈਂਟ ਜਿਹੜੇ ਆ ਡਿਪਾਰਟਮੈਂਟ ਆਫ ਕਮਿਊਨੀਕੇਸ਼ਨ ਕਹਾਉਂਦੇ ਹੈ ਜੇ ਗੱਲ ਕਮਿਊਨੀਕੇਟ ਹੋ ਰਹੀ ਹੈ ਤੇ ਭਾਵੇਂ ਉਹ ਖਿਚੜੀ ਭਾਸ਼ਾ ਦੇ ਰਾਹੀਂ ਹੋ ਰਹੀ ਹੈ ਜੇ ਹੋ ਰਹੀ ਹੈ ਤਾਂ ਹੋਣੀ ਚਾਹੀਦੀ ਹੈ ਮਤਲਬ ਇਹ ਹੈਗਾ ਹੁਣ ਮਿਸਾਲ ਦੇ ਤੌਰ 'ਤੇ ਕੈਨੇਡਾ ਦੇ ਵਿੱਚ ਇੱਕ ਨੇ ਗੱਡੀ ਦੀ ਟਿਕਟ ਲਈ ਤੇ ਗੱਡੀ ਨਿਕਲ ਗਈ ਉਹ ਟਿਕਟ ਵਾਪਸ ਕਰਨੀ ਚਾਹੁੰਦਾ ਸੀ ਤੇ ਉਸ ਵੇਲੇ ਉਹ ਇੱਧਰੋਂ ਗਿਆ ਸੀ ਪੜ੍ਹ ਕੇ ਅੰਗਰੇਜ਼ੀ ਦੀ ਭਾਸ਼ਾ ਤੇ ਉਸਨੇ ਗ੍ਰੈਮੈਟੀਕਲ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੱਤੀ ਆਈ ਬੋਟ ਦੀ ਟਿਕਟ ਬਟ ਦੀ ਟ੍ਰੇਨ ਹੈਡ ਲੈਫਟ ਦੇਅਰ ਫੋਰ ਆਈ ਕੁਡ ਨਾਟ ਕੈਚ ਦਾ ਟ੍ਰੇਨ ਆਈ ਵਾਂਟ ਟੂ ਰਿਟਰਨ ਦਾ ਟਿਕਟ ਆਈ ਵਾਂਟ ਟੂ ਗੈਟ ਦਾ ਮਨੀ ਬੈਕ ਨਾਲ ਇੱਕ ਹੋਰ ਬੰਦਾ ਖੜਾ ਸੀ ਉਹ ਕਹਿੰਦਾ ਭਾਊ ਇਹ ਨਹੀਂ ਸਮਝ ਰਿਹਾ ਮੈਂ ਸਮਝਾਉਣਾ ਇਹਨੂੰ ਉਹਨੂੰ ਕਹਿੰਦਾ ਟਿਕਟ ਬੈਕ ਮਨੀ ਬੈਕ
ਉਹਨੇ ਗੱਲ ਕਨਵੇ ਕਰਨੀ ਸੀ ਉਹ ਕਰ ਦਿੱਤੀ ਜੀ, ਗੱਲ ਕਨਵੇ ਕਰ। ਇੱਕ ਅਨਪੜ੍ਹ ਔਰਤ ਦੂਜੀ ਔਰਤ ਨੂੰ ਕਹਿ ਰਹੀ ਹੈ ਕਿ ਤੂੰ ਇੱਕ ਡੰਡੇ ਤੇ ਦੋ ਖੂਹੀਆਂ ਵਾਲੀ ਬੱਸ ਫੜੀ, ਮਤਲਬ 18 ਨੰਬਰ ਵਾਲੀ ਬੱਸ ਫੜੀ, ਇੱਕ ਡੰਡਾ ਤੇ ਦੋ ਖੂਹੀਆਂ, ਦੋ ਖੂਹੀਆਂ ਮਤਲਬ ਗੋਲ ਜਿਹੜੇ ਹੈਗੇ। ਸੋ ਇਹ ਟਰੱਕਾਂ ਵਾਲੇ ਵੀ ਇੱਕ ਦੂਜੇ ਨੂੰ ਕਹਿੰਦੇ, ਜਦੋਂ ਤੂੰ ਟੋਲ ਵਾਲੇ ਗੇਟ ਤੋਂ ਲੰਘੇਗਾ ਨਾ, ਚਾਰ ਅੱਖਰਾਂ ਵਾਲੀ ਲੇਨ ਵਿੱਚੋਂ ਲੰਘੀ, ਮਤਲਬ ਜਿੱਥੇ ਕੈਸ਼ ਲਿਖਿਆ ਹੋਵੇ ਜੀ। ਹਾਂ ਜੀ, ਸੋ ਕਮਿਊਨੀਕੇਸ਼ਨ ਤੇ ਜ਼ਿਆਦਾ ਹੁਣ ਧਿਆਨ ਕੇਂਦਰਿਤ ਕੀਤਾ ਜਾ ਰਿਹਾ। ਹਾਂ, ਹੁਣ ਕਮਿਊਨੀਕੇਸ਼ਨ ਤੇ ਧਿਆਨ ਹੈਗਾ, ਇਸ ਕਰਕੇ ਉਹ ਫੋਕਸ ਜਿਹੜਾ ਉਹ ਬਦਲ ਗਿਆ, ਫੋਕਸ ਜਿਹੜਾ ਹੈ ਉਹ ਬਦਲ ਗਿਆ। ਪਰੰਤੂ ਜਿਹੜੇ ਚੰਗੀਆਂ ਉੱਚੇ ਪੱਧਰ ਦੀਆਂ ਨੌਕਰੀਆਂ ਤੇ ਲੱਗੇ ਹੋਏ ਹਨ ਜਾਂ ਅਹੁਦਿਆਂ ਤੇ ਲੱਗੇ ਹੋਏ ਹਨ, ਉਹ ਜਦੋਂ ਤੱਕ ਠੀਕ ਭਾਸ਼ਾ ਨੂੰ ਨਹੀਂ ਵਰਤਦੇ, ਉਹ ਉਹਨਾਂ ਅਹੁਦਿਆਂ ਤੱਕ ਨਹੀਂ ਪਹੁੰਚ ਸਕਦੇ, ਉਸ ਤੋਂ ਅੱਗੇ ਵਿਕਾਸ ਨਹੀਂ ਕਰ ਸਕਦੇ। ਦੁਨੀਆਂ ਦੇ ਵਿੱਚ ਇਸ ਵੇਲੇ ਰਾਜ ਜਿਹੜਾ ਨਾ ਉਹ 5% ਲੋਕ ਕਰ ਰਹੇ ਹਨ ਜਿਹੜੇ ਕੰਪੀਟੈਂਟ ਹਨ, ਬਾਕੀ ਜਿਹੜੀ ਜਨਤਾ ਹੈਗੀ ਆ ਉਹ ਕੰਮ ਨੂੰ ਚੱਲਦੇ ਕੰਮ ਨੂੰ ਚਲਾ ਰਹੀ ਹੈ, ਉਹ ਕੋਈ ਨਵੀਂ ਗੱਲ ਨਵੀਂ ਚੀਜ਼ ਦੀ ਨਹੀਂ ਕਾਰਡ ਕੱਢ ਰਹੀ। ਮਿਸਾਲ ਦੇ ਤੌਰ ਤੇ ਪੰਜਾਬੀ ਜਿੰਨੇ ਅਸੀਂ ਜਾਣਦੇ ਹੈਗੇ ਹਾਂ, ਪੰਜਾਬੀ ਪੜ੍ਹਦੇ ਹਾਂ, ਅਸੀਂ ਬੋਲਦੇ ਹਾਂ, ਅਸੀਂ ਪਿਛਲੇ 200 ਸਾਲਾਂ ਦੇ ਵਿੱਚ ਕਿਹੜੀ ਨਵੀਂ ਚੀਜ਼ ਇਜਾਦ ਕੀਤੀ ਹੈ? ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਦੁਨੀਆਂ ਦੀਆਂ ਸਾਈਕਲਾਂ ਬਣਦੀਆਂ, ਪਰੰਤੂ ਸਾਈਕਲਾਂ ਦੇ ਵਿੱਚ ਇਹਨਾਂ ਨੇ ਕੋਈ ਪੇਚ ਵੀ ਜੋੜਿਆ ਪਿਛਲੇ 100 ਸਾਲਾਂ ਦੇ ਵਿੱਚ? ਮਤਲਬ ਕਿ ਨਕਲ ਮਾਰ ਸਕਦੇ ਆ, ਨਕਲ ਮਾਰ ਕੇ ਚੀਜ਼ ਬਣਾ ਦੇਣਗੇ, ਪਰੰਤੂ ਕੋਈ ਨਵੀਂ ਚੀਜ਼ ਨਹੀਂ ਕੱਢ ਸਕਦੇ ਉਹ। ਸੋ ਇਸ ਵੇਲੇ ਦੁਨੀਆਂ ਦੇ ਵਿੱਚ ਉਹਨਾਂ ਰਾਸ਼ਟਰਾਂ ਦਾ, ਉਹਨਾਂ ਦੇਸ਼ਾਂ ਦਾ, ਉਹਨਾਂ ਲੋਕਾਂ ਦਾ ਰਾਜ ਹੈ ਜਿਨ੍ਹਾਂ ਦੇ ਹੱਥ ਵਿੱਚ ਟੈਕਨੋਲੋਜੀ ਹੈਗੀ ਹੈ। ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਬੜੀ ਆਸਾਨੀ ਨਾਲ ਸਿੱਖੀਆਂ ਜਾ ਸਕਦੀਆਂ। ਜਿਹੜੇ ਲੋਕ ਕਹਿੰਦੇ ਹੈਗੇ ਕਿ ਸੋਸ਼ਲ ਮੀਡੀਆ ਨੇ ਸਾਨੂੰ ਇੰਪਾਵਰਮੈਂਟ ਦਿੱਤੀ ਹੈਗੀ ਹੈ, ਉਹ ਇੰਪਾਵਰਮੈਂਟ ਵਰਤ ਕਿੱਥੇ ਰਹੇ ਹਨ ਜੀ? ਅੱਛਾ, ਕਿੱਥੇ ਰਹੇ ਹਨ ਜੀ? ਪ੍ਰੋਫੈਸਰ ਸਾਹਿਬ ਇਹ ਦੱਸੋ, ਹੁਣ ਦੇਖੋ ਅੰਗਰੇਜ਼ੀ ਦੁਨੀਆਂ ਭਰ ਦੇ ਵਿੱਚ ਵਣਜ ਵਪਾਰ ਦੀ ਭਾਸ਼ਾ ਬਣ ਗਈ ਹੈ, ਅਤੇ ਉਹ ਅੰਗਰੇਜ਼ੀ ਸਿੱਖੇ ਬਗੈਰ ਕੰਮ ਚੱਲਦਾ ਨਹੀਂ, ਇਹ ਗੱਲ ਪਤਾ ਹੀ ਹੈ ਹੁਣ ਕਿ ਹਰ ਕੋਈ ਇਹ ਚਾਹੁੰਦਾ ਹੈ ਕਿ ਉਹਨਾਂ ਦਾ ਬੱਚਾ ਵਧੀਆ ਅੰਗਰੇਜ਼ੀ ਸਕੂਲ ਦੇ ਵਿੱਚ ਪੜ੍ਹੇ। ਅਸੀਂ ਸ਼ਾਇਦ ਇਸਨੂੰ ਕਲੋਨੀਅਲ ਹੈਂਗਓਵਰ ਕਹਿ ਲਈਏ ਜਾਂ ਅੱਜ ਦੀ ਦੁਨੀਆਂ ਦੀ ਇੱਕ ਜ਼ਰੂਰਤ ਕਹਿ ਲਈਏ ਕਿ ਜਿਹੜੇ ਮਾਂ ਪਿਓ ਦਾ ਬੱਚਾ ਫਰਾਟੇਦਾਰ ਅੰਗਰੇਜ਼ੀ ਬੋਲਦਾ, ਉਸਨੂੰ ਇੱਕ ਬੈਜ ਆਫ ਓਨਰ ਮੰਨਿਆ ਜਾਂਦਾ ਕਿ ਦੇਖੋ ਜੀ ਮੇਰਾ ਬੱਚਾ ਕਿੰਨੀ ਵਧੀਆ ਅੰਗਰੇਜ਼ੀ ਬੋਲਦਾ। ਪੰਜਾਬੀ ਵਾਸਤੇ ਜਾਂ ਜਿਹੜੀ ਵੀ ਕੋਈ ਹੋਰ ਮਾਤ ਭਾਸ਼ਾ, ਉਸ ਵਾਸਤੇ ਲੋਕਾਂ ਦਾ ਰੁਝਾਨ ਕਿਉਂ ਘੱਟ ਰਿਹਾ, ਉਸ ਦੀ ਦਿਸ਼ਾ ਅਤੇ ਦਸ਼ਾ ਤੁਸੀਂ ਕੀ ਵੇਖਦੇ ਹੋ? ਜਿਹੜੀ ਭਾਸ਼ਾ ਸਾਡੇ ਰੁਜ਼ਗਾਰ ਦੇ ਵਿੱਚ ਮਦਦਗਾਰ ਸਾਬਤ ਨਹੀਂ ਹੋਏਗੀ, ਉਹ ਜਿਉਂਦੀ ਨਹੀਂ ਰਹੇਗੀ। ਅੰਗਰੇਜ਼ੀ ਭਾਸ਼ਾ ਨਹੀਂ ਹੈ, ਅੰਗਰੇਜ਼ੀ ਸਕਿੱਲ ਹੈ। ਮੈਨੂੰ ਤੁਸੀਂ ਹਿੰਦੁਸਤਾਨ ਦੇ ਵਿੱਚ ਦੱਸੋ, ਜਿਸ ਦੀ ਅੰਗਰੇਜ਼ੀ ਚੰਗੀ ਹੋਵੇ ਤੇ ਗਰੀਬ ਹੋਵੇ? ਕਹਿਣ ਤੋਂ ਭਾਵ ਹੈ ਕਿ ਅੰਗਰੇਜ਼ੀ ਦੇ ਵਿੱਚ ਇਕੱਲੀ ABC ਨਹੀਂ ਹੈ, ਅੰਗਰੇਜ਼ੀ ਦੇ ਵਿੱਚ ਟੈਕਨੋਲੋਜੀ ਹੈ, ਅੰਗਰੇਜ਼ੀ ਦੇ ਵਿੱਚ ਲਾਅ ਹੈ, ਅੰਗਰੇਜ਼ੀ ਦੇ ਵਿੱਚ ਮੈਡੀਸਨ ਹੈ, ਅੰਗਰੇਜ਼ੀ ਦੇ ਵਿੱਚ ਇੰਜੀਨੀਅਰਿੰਗ ਹੈ, ਅੰਗਰੇਜ਼ੀ ਦੇ ਵਿੱਚ ਵਪਾਰ ਹੈ, ਅੰਗਰੇਜ਼ੀ ਦੇ ਵਿੱਚ ਸਾਰੀਆਂ ਇਹ ਸਮਰੱਥਾਵਾਂ ਹੈਗੀਆਂ ਜਿਹੜੀਆਂ ਕਿ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਜਾਂ ਗੁਜਰਾਤੀ ਦੇ ਵਿੱਚ ਨਹੀਂ ਹੈਗੀਆਂ। ਹੁਣ ਇੱਥੇ ਗੱਲ ਚੱਲ ਰਹੀ ਹੈ ਕਿ ਮਾਤ ਭਾਸ਼ਾ ਦੇ ਵਿੱਚ ਸਾਰੀ ਸਿੱਖਿਆ ਦੇਣੀ ਚਾਹੀਦੀ ਹੈ। ਜੇ ਕੋਈ ਮਾਤ ਭਾਸ਼ਾ ਦੇ ਵਿੱਚ ਇੰਜੀਨੀਅਰ ਬਣ ਜਾਏਗਾ, ਪੰਜਾਬ ਦਾ ਇੰਜੀਨੀਅਰ ਜਿਹੜਾ ਹੈਗਾ ਉਹ ਕਿੱਥੇ ਜਾ ਕੇ ਲੱਗੇਗਾ ਪੰਜਾਬ ਤੋਂ ਬਾਹਰ? ਪੰਜਾਬ ਵਿੱਚ ਉਹਨੂੰ ਨੌਕਰੀ ਨਹੀਂ ਮਿਲੇਗੀ। ਫਿਰ ਅਜਿਹੀ ਸਿਚੁਏਸ਼ਨ ਦੇ ਵਿੱਚ ਜੀ ਜਿਹੜੀ ਮਾਤ ਬੋਲੀ ਹੈ, ਪੰਜਾਬੀ ਹੈ ਜਾਂ ਕੋਈ ਵੀ ਹੋਰ ਬੋਲੀ ਹੈ, ਉਸ ਨੂੰ ਪ੍ਰਿਜ਼ਰਵ ਕਰਨ ਦਾ ਜਾਂ ਉਸ ਨੂੰ ਬਰਕਰਾਰ ਰੱਖ ਸਕਣ ਦਾ ਵਸੀਲਾ ਕੀ ਹੈ ਪ੍ਰੋਫੈਸਰ ਸਾਹਿਬ? ਨਹੀਂ, ਪੰਜਾਬੀ ਨੂੰ ਕੋਈ ਖਤਰਾ ਨਹੀਂ ਹੈ, ਪੰਜਾਬੀ ਜਿਹੜੀ ਆ ਸੱਭਿਆਚਾਰ ਦੀ ਭਾਸ਼ਾ ਦੇ ਤੌਰ ਤੇ ਜਿਉਂਦੀ ਰਹੇਗੀ ਜੀ। ਘਰਾਂ ਦੇ ਵਿੱਚ ਅਸੀਂ ਪੰਜਾਬੀ ਬੋਲਾਂਗੇ, ਵਿਆਹ ਦੀਆਂ ਗੱਲਾਂ ਪੰਜਾਬੀ ਵਿੱਚ ਕਰਾਂਗੇ, ਪਿਆਰ ਦੀਆਂ ਗੱਲਾਂ ਪੰਜਾਬੀ ਵਿੱਚ ਕਰਾਂਗੇ, ਪਰੰਤੂ ਰੁਜ਼ਗਾਰ ਜਿਹੜਾ ਹੈਗਾ ਉਹ ਜਿਸ ਭਾਸ਼ਾ ਦੇ ਵਿੱਚ ਸਾਨੂੰ ਮਿਲੇਗਾ ਉਹ ਭਾਸ਼ਾ ਸਿੱਖਾਂਗੇ। ਮਿਸਾਲ ਦੇ ਤੌਰ ਤੇ ਜੇ ਇੱਕ ਅੰਗਰੇਜ਼ ਜਿਹੜਾ ਹੈ ਉਹ ਮੈਨੂੰ ਚੀਜ਼ ਸਸਤੀ ਦੇ ਰਿਹਾ ਤੇ ਦੂਜੇ ਪਾਸੇ ਇੱਕ ਹਿੰਦੁਸਤਾਨੀ ਚੀਜ਼ ਮਹਿੰਗੀ ਦੇ ਰਿਹਾ, ਮੈਂ ਉੱਥੇ ਰਾਸ਼ਟਰਵਾਦ ਨੂੰ ਥੋੜਾ ਦੇਸ਼ ਭਗਤੀ ਨੂੰ ਲੈ ਕੇ ਥੋੜਾ ਬੈਠਾ ਰਹਾਂਗਾ, ਮੈਂ ਜਿੱਥੋਂ ਚੀਜ਼ ਸਸਤੀ ਮਿਲਦੀ ਉੱਥੇ ਜਾਵਾਂਗਾ ਜੀ। ਸੋ ਜਿਹੜੀ ਲੈਂਗੁਏਜ ਮੈਨੂੰ ਜੋਬ ਦਵਾਏਗੀ, ਜਿਹੜੀ ਲੈਂਗੁਏਜ ਮੈਨੂੰ ਕੰਪੀਟੈਂਸ ਦਿੰਦੀ ਹੈ ਟੂ ਅਰਨ ਮਾਈ ਲਿਵਿੰਗ, ਮੈਂ ਉਹ ਸਿੱਖਾਂਗਾ ਜੀ। ਮੈਂ ਪੰਜਾਬੀ ਦੇ ਨਾਲ ਇਸ ਕਰਕੇ ਨਹੀਂ ਜੁੜਿਆ ਰਹਾਂਗਾ ਕਿਉਂਕਿ ਪੰਜਾਬੀ ਮੇਰੀ ਮਾਤ ਭਾਸ਼ਾ ਹੈਗੀ ਹੈ, ਮਾਤ ਭਾਸ਼ਾ ਦੇ ਤੌਰ 'ਤੇ ਮੈਂ ਇਸ ਨੂੰ ਵਰਤਦਾ ਰਹਾਂਗਾ ਆਪਣੇ ਘਰ ਦੇ ਵਿੱਚ, ਹੋਰ ਥਾਵਾਂ 'ਤੇ ਮੈਂ ਗੱਲਾਂ ਇਹਦੇ ਵਿੱਚ ਕਰਾਂਗਾ, ਪਰੰਤੂ ਰੁਜ਼ਗਾਰ ਵਾਲਾ ਜਿਹੜਾ ਟਾਈਮ ਹੈ ਨਾ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ, ਉਹਦੇ ਵਿੱਚ ਮੈਂ ਉਹ ਭਾਸ਼ਾ ਵਰਤਾਂਗਾ ਜਿਹੜੀ ਭਾਸ਼ਾ ਮੇਰੇ ਜੋਬ ਦੇ ਨਾਲ ਸੰਬੰਧਿਤ ਹੈਗੀ ਹੈ। ਭਾਸ਼ਾਵਾਂ ਮਰਦੀਆਂ ਨਹੀਂ ਹੁੰਦੀਆਂ, ਭਾਸ਼ਾਵਾਂ ਨੂੰ ਖਤਰਾ ਵੀ ਕੋਈ ਨਹੀਂ ਹੈ, ਪਰੰਤੂ ਹਰ ਭਾਸ਼ਾ ਦਾ ਮਹੱਤਵ ਸਮਝਣ ਦੀ ਲੋੜ ਹੈ। ਪੰਜਾਬੀ ਨੂੰ ਜੇ ਤੁਸੀਂ ਅੰਗਰੇਜ਼ੀ ਦੇ ਬਰਾਬਰ ਰੱਖੋਗੇ ਅਸੀਂ ਗਲਤੀ ਕਰ ਰਹੇ ਹੋਵਾਂਗੇ।
ਜੀ ਅੱਛਾ ਪ੍ਰੋਫੈਸਰ ਸਾਹਿਬ ਜਿਹੜੇ ਹੁਣ ਪਰਿਵਾਰ ਇੱਥੇ ਬੈਠੇ ਨੇ ਜਿਨ੍ਹਾਂ ਦੇ ਬੱਚਿਆਂ ਦਾ ਜਨਮ ਇੱਥੇ ਹੋਇਆ ਜਾਂ ਪਰਵਰਿਸ਼ ਦਾ ਵੱਡਾ ਹਿੱਸਾ ਬਾਹਰਲੇ ਮੁਲਕਾਂ 'ਚ ਹੋ ਰਿਹਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਅਫਕੋਰਸ ਦੇਖੋ ਇਸ ਮਾਹੌਲ ਦੇ ਵਿੱਚ ਅੰਗਰੇਜ਼ੀ ਤਾਂ ਉਹਨਾਂ ਨੇ ਸਿੱਖ ਹੀ ਲੈਣੀ ਆ ਪਰ ਪੰਜਾਬੀ ਨੂੰ ਲੈ ਕੇ ਕਈ ਵਾਰੀ ਇਸ ਤਰ੍ਹਾਂ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਜੀ ਇੱਥੇ ਦੇ ਬੱਚੇ ਬੜੀ ਗੁਲਾਬੀ ਪੰਜਾਬੀ ਬੋਲਦੇ ਨੇ ਪਰ ਉਹਦੇ ਵਿਤਰਕ ਵਜੋਂ ਇਹ ਗੱਲ ਆਉਂਦੀ ਹੈ ਕਿ ਬੋਲਦੇ ਰਹੇ ਨੇ ਘੱਟੋ ਘੱਟ ਉਸ ਬਾਰੇ ਤੁਹਾਡੀ ਕੀ ਰਾਏ ਹੈ ਦੇਖੋ ਦੁਨੀਆਂ ਦੇ ਵਿੱਚ ਨਾ ਭਾਸ਼ਾਵਾਂ ਤਿੰਨ ਜ਼ਰੂਰ ਸਿੱਖਣੀਆਂ ਚਾਹੀਦੀਆਂ ਤਿੰਨ ਭਾਸ਼ਾਵਾਂ ਇਹ ਯੂਰਪ ਦੇ ਵਿੱਚ ਬੜਾ ਸਿੰਪਲ ਤਰੀਕੇ ਨਾਲ ਹੁੰਦਾ ਰਿਹਾ ਇੱਕ ਅੰਗਰੇਜ਼ ਫੈਮਿਲੀ ਹੈ ਉਹ ਮਾਪੇ ਜਿਹੜੇ ਹਨ ਬੱਚਿਆਂ ਨਾਲ ਅੰਗਰੇਜ਼ੀ ਬੋਲਦੇ ਹਨ ਜੀ ਉਹਨਾਂ ਨੇ ਆਪਣੀ ਮੇਡ ਜਿਹੜੀ ਹੈਗੀ ਫ੍ਰੈਂਚ ਰੱਖੀ ਹੋਈ ਹੈ ਉਹ ਮੇਡ ਜਿਹੜੀ ਹੈ ਬੱਚਿਆਂ ਦੇ ਨਾਲ ਫ੍ਰੈਂਚ ਬੋਲਦੀ ਹੈ ਡਰਾਈਵਰ ਉਹਨਾਂ ਨੇ ਜਰਮਨ ਰੱਖਿਆ ਹੋਇਆ ਉਹ ਬੱਚਿਆਂ ਦੇ ਨਾਲ ਜਰਮਨ ਬੋਲਦਾ ਤੇ ਬੜੇ ਆਸਾਨੀ ਨਾਲ ਬੱਚੇ ਤਿੰਨੋਂ ਭਾਸ਼ਾਵਾਂ ਸਿੱਖ ਜਾਂਦੇ ਹੈਗੇ ਆ ਭਾਸ਼ਾਵਾਂ ਤਾਂ ਵੱਧ ਤੋਂ ਵੱਧ ਸਿੱਖਣੀਆਂ ਚਾਹੀਦੀਆਂ ਵੱਧ ਤੋਂ ਵੱਧ ਸਿੱਖਣੀਆਂ ਚਾਹੀਦੀਆਂ ਪਰੰਤੂ ਦੇਖਣ ਵਾਲੀ ਗੱਲ ਹੈ ਕਿ ਹਰ ਭਾਸ਼ਾ ਸਾਨੂੰ ਤਸੱਲੀ ਨਹੀਂ ਦਿੰਦੀ ਹੈ ਹਰ ਭਾਸ਼ਾ ਦੇ ਵਿੱਚ ਗੱਲ ਕਰਨੀ ਸਾਨੂੰ ਉਹਦੇ ਵਿੱਚ ਉਹ ਆਪਣੱਤ ਜੀ ਮਹਿਸੂਸ ਨਹੀਂ ਹੁੰਦੀ ਹੈ ਜੇ ਤੁਸੀਂ ਸਪੋਜ਼ ਕਰ ਲਓ ਹਿੰਦੀ ਬੋਲਣੀ ਨਹੀਂ ਜਾਣਦੇ ਤੁਸੀਂ ਹਿੰਦੀ ਬੋਲੋ 15 ਮਿੰਟਾਂ 'ਚ ਤੁਹਾਡਾ ਮੂੰਹ ਦੋਣ ਲੱਗ ਜਾਏਗਾ ਜੀ ਜਦੋਂ ਕਿ ਪੰਜਾਬੀ ਦੇ ਵਿੱਚ ਅਸੀਂ ਸਾਰਾ ਦਿਨ ਗੱਲਾਂ ਕਰ ਸਕਦੇ ਹੈਗੇ ਜੀ ਸੋ ਭਾਸ਼ਾਵਾਂ ਵੱਧ ਤੋਂ ਵੱਧ ਸਿੱਖਣੀ ਚਾਹੀਦੀਆਂ ਅਸੀਂ ਜ਼ਾਤ ਪਾਤ ਦੇ ਕਾਰਨ ਹੋਰਾਂ ਚੀਜ਼ਾਂ ਨੂੰ ਨਿੰਦਣ ਵਿੱਚ ਮਾਹਿਰ ਹੈਗੇ ਹਾਂ ਮਤਲਬ ਅੰਗਰੇਜ਼ੀ ਨਹੀਂ ਸਿੱਖਣੀ ਕਿਉਂਕਿ ਅੰਗਰੇਜ਼ਾਂ ਦੀ ਭਾਸ਼ਾ ਇਹ ਕਲੋਨੀਅਲ ਭਾਸ਼ਾ ਇਹ ਹੈਂਗ ਓਵਰ ਹੈਗਾ ਇਹ ਸਾਡੇ ਉਹ ਜਿਹਨਾਂ ਦੇ ਅਸੀਂ ਗੁਲਾਮ ਰਹੇ ਹਾਂ ਉਹਨਾਂ ਦੀ ਭਾਸ਼ਾ ਅਸੀਂ ਨਾ ਕਰਨ ਦੇ ਵਿੱਚ ਮਾਹਿਰ ਹੈਗੇ ਹਾਂ ਹਾਂ ਕਰਨ ਦੇ ਵਿੱਚ ਸਾਨੂੰ ਜਾਂਚ ਨਹੀਂ ਹੈਗੀ ਹਾਂ ਕਹਿਣ ਦੀ ਜਾਂਚ ਨਹੀਂ ਹੈਗੀ ਵੱਧ ਤੋਂ ਵੱਧ ਭਾਸ਼ਾਵਾਂ ਸਿੱਖੋ ਮੈਂ ਤਾਂ ਇਹ ਕਹਾਂਗਾ ਜੋ ਉਰਦੂ ਵਿੱਚ ਹੈ ਉਹ ਹਿੰਦੀ ਵਿੱਚ ਨਹੀਂ ਹੈ ਜੋ ਹਿੰਦੀ ਵਿੱਚ ਹੈ ਉਹ ਪੰਜਾਬੀ ਵਿੱਚ ਨਹੀਂ ਹੈ ਜੋ ਪੰਜਾਬੀ ਵਿੱਚ ਹੈ ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਹੈ ਜਿੰਨੀਆਂ ਵੱਧ ਭਾਸ਼ਾਵਾਂ ਜਾਣੋਗੇ ਉਹਨੇ ਵੱਧ ਪੱਧਰਾਂ ਤੇ ਤੁਸੀਂ ਜ਼ਿੰਦਗੀ ਜੀ ਪਾਓਗੇ ਜੀ ਪ੍ਰੋਫੈਸਰ ਅੰਗਰੇਜ਼ੀ ਇਕੱਲੀ ਹੀ ਨਹੀਂ ਅੰਗਰੇਜ਼ੀ ਸਿੱਖੋ ਫ੍ਰੈਂਚ ਸਿੱਖੋ ਮੈਂ ਫ੍ਰੈਂਚ ਜਾਣਾ ਫਰਾਂਸ ਜਾਣਾ ਚਾਹੁੰਦਾ ਸੀ ਮੈਂ ਫ੍ਰੈਂਚ ਦਾ ਡਿਪਲੋਮਾ ਕੀਤਾ ਮੈਂ ਜਦੋਂ ਵੀਜ਼ਾ ਲੈਣ ਗਿਆ ਤਾਂ ਉਹਨਾਂ ਨੇ ਕਿਹਾ ਤੁਸੀਂ ਫਰਾਂਸ ਕਿਉਂ ਜਾਣਾ ਚਾਹੁੰਦੇ ਹੋ ਮੈਂ ਕਿਹਾ ਜੀ ਮੈਨੂੰ ਫਰਾਂਸ ਚੰਗਾ ਲੱਗਦਾ ਕਹਿੰਦਾ ਕੀ ਸਬੂਤ ਹੈ ਕਿ ਚੰਗਾ ਲੱਗਦਾ ਮੈਂ ਅੱਗੇ ਉਹ ਡਿਪਲੋਮੇ ਦੀ ਜਿਹੜੀ ਸਰਟੀਫਿਕੇਟ ਸੀ ਸਾਹਮਣੇ ਰੱਖ ਦਿੱਤਾ ਉਹਨਾਂ ਨੇ ਉਸੇ ਵੇਲੇ ਮੋਹਰ ਲਾ ਦਿੱਤੀ ਜੀ ਮਤਲਬ ਦੇਅਰ ਮਸਟ ਬੀ ਸਮ ਲੌਜਿਕ ਬਿਹਾਈਂਡ ਦ ਥਿੰਗਸ ਜੀ 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 ਜਿਹੜੀ ਕੋਗਨੀਟਿਵ ਐਬਿਲਿਟੀ ਹੈ ਹਾਂਜੀ ਭਾਸ਼ਾ ਦੇ ਨਾਲ ਕੋਗਨੀਟਿਵ ਐਬਿਲਿਟੀ ਡਿਵੈਲਪ ਹੁੰਦੀ ਆ ਮੈਂ ਤਾਂ ਇਹ ਕਹਿੰਦਾ ਕਿ ਤੁਸੀਂ ਇੱਕ ਭਾਸ਼ਾ ਚੰਗੀ ਤਰ੍ਹਾਂ ਸਿੱਖ ਲਓ ਬਾਕੀ ਭਾਸ਼ਾਵਾਂ ਤੁਹਾਨੂੰ ਬੜੀ ਆਸਾਨੀ ਨਾਲ ਆ ਜਾਣਗੀ ਪ੍ਰੋਫੈਸਰ ਕਪੂਰ ਜੀ ਕਰਦਾ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਰਹੀਏ ਤੁਸੀਂ ਆਪਣਾ ਜੋ ਇੱਕ ਸੁਨੇਹਾ ਹੋ ਰਿਹਾ ਉਹ ਜ਼ਰੂਰ ਸਾਂਝਾ ਕਰੋ ਜੀ ਪੰਜਾਬੀ ਵੀ ਠੀਕ ਨਹੀਂ ਹੈ ਪੰਜਾਬੀ ਵੀ ਠੀਕ ਨਹੀਂ ਹੈ ਸੋ ਪੰਜਾਬੀ ਜਿਹੜੀ ਹੈ ਪੰਜਾਬੀ ਵੈਸੇ ਜਿਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਕਾਰਨ ਜੇ ਗੁਰੂ ਗ੍ਰੰਥ ਸਾਹਿਬ ਨਾ ਹੁੰਦੇ ਤਾਂ ਇਸ ਵੇਲੇ ਪੰਜਾਬੀ ਨੇ ਆਪੇ ਹੀ ਖਤਮ ਹੋ ਚੁੱਕੇ ਹੋਣਾ ਸੀਗਾ ਇਹ ਗੁਰੂ ਗ੍ਰੰਥ ਸਾਹਿਬ ਕਰਕੇ ਜਿਉਂਦੀ ਹੈ ਕਿਉਂਕਿ ਸਾਡੀ ਉਹਦੇ ਵਿੱਚ ਆਸਥਾ ਹੈ ਸਾਡਾ ਉਹਦੇ ਵਿੱਚ ਵਿਸ਼ਵਾਸ ਹੈ ਸੋ ਭਾਸ਼ਾਵਾਂ ਵੱਧ ਤੋਂ ਵੱਧ ਸਿੱਖੋ ਵੱਧ ਤੋਂ ਵੱਧ ਸਿੱਖੋਗੇ ਪੰਜਾਬੀ ਆਪੇ ਪ੍ਰਫੁੱਲਤ ਹੋਏਗੀ ਜੀ ਜਦੋਂ ਤੁਸੀਂ ਚਾਰ ਭਾਸ਼ਾਵਾਂ ਸਿੱਖੋ ਉਸ ਨਾਲ ਤੁਸੀਂ ਜਿਹੜਾ ਪੰਜਾਬੀ ਜਾਣਦੇ ਹੋਣ ਦਾ ਤੁਹਾਨੂੰ ਮਾਣ ਹੋਏਗਾ ਕਿ ਮੈਂ ਪੰਜਾਬੀ ਵੀ ਬੋਲ ਲੈਂਦਾ ਜੀ ਪ੍ਰੋਫੈਸਰ ਸਾਹਿਬ ਅੰਗਰੇਜ਼ ਜਦੋਂ ਇੱਧਰ ਆਏ ਤਾਂ ਪੰਜਾਬ ਦੇ ਵਿੱਚ ਉਹ ਪੰਜਾਬੀ ਬੋਲਦੇ ਸੀਗੇ ਜੀ ਉਹਨਾਂ ਨੂੰ ਸਿੱਖਣੀ ਪਈ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਮੇਰੇ ਖਿਆਲ ਇਹ ਸੂਰਤ ਹਾਲ ਅਜਿਹੇ ਹੋਏ ਕਿ ਇੱਕ ਇਨਫੀਰੀਅਰਿਟੀ ਕੰਪਲੈਕਸ ਅਜਿਹਾ ਮਨਾਂ ਦੇ ਵਿੱਚ ਪਾਇਆ ਗਿਆ ਅਤੇ ਅੰਗਰੇਜ਼ੀ ਨੂੰ ਇੱਕ ਅਜਿਹੀ ਉੱਚ ਪੱਧਰੀ ਭਾਸ਼ਾ ਦੇ ਤੌਰ 'ਤੇ ਲੋਕਾਂ ਦੇ ਮੂਹਰੇ ਰੱਖਿਆ ਗਿਆ ਕਿ ਆਈ ਥਿੰਕ ਉਹਦਾ ਅਸਰ ਅਸੀਂ ਹਲੇ ਤੱਕ ਵੇਖ ਰਹੇ ਹਾਂ ਪਰ ਜਿਵੇਂ ਤੁਸੀਂ ਗੱਲ ਕਹੀ ਕਿ ਕਿਉਂਕਿ ਹੁਣ ਉਹ ਇਕੋਨੋਮੀ ਦੀ ਭਾਸ਼ਾ ਹੈ ਉਹ ਵਣਜ ਵਪਾਰ ਦੀ ਭਾਸ਼ਾ ਹੈ ਉਹ ਤੁਹਾਡੀ ਇੰਪਲੋਇਮੈਂਟ ਦੀ ਭਾਸ਼ਾ ਹੈ ਇਸ ਕਰਕੇ ਉਹ ਤੋਂ ਬਗੈਰ ਵੀ ਗੁਜ਼ਾਰਾ ਨਹੀਂ ਵਿਗਿਆਨ ਦੀ ਭਾਸ਼ਾ ਹੈ ਵਿਗਿਆਨ ਦੀ ਭਾਸ਼ਾ ਹੈ ਟੈਕਨੋਲੋਜੀ ਦੀ ਭਾਸ਼ਾ ਹੈ ਕੰਪਿਊਟਰ ਦੀ ਭਾਸ਼ਾ ਹੈ ਜੀ ਬਹੁਤ ਮਿਹਰਬਾਨੀ ਪ੍ਰੋਫੈਸਰ ਸਾਹਿਬ ਜੀ ਮੇਰਾ ਦਿਲ ਕਰਦਾ ਤੁਹਾਡੇ ਨਾਲ ਇਸੇ ਤਰ੍ਹਾਂ ਗੱਲ ਜਾਰੀ ਰੱਖੀਏ ਪਰ ਹੁਣ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਪਰ ਆਉਂਦੇ ਦਿਨਾਂ ਦੇ ਵਿੱਚ ਅਸੀਂ ਫਿਊਚਰ ਦੇ ਵਿੱਚ ਹੋਰ ਗੱਲਬਾਤ ਇਸੇ ਤਰ੍ਹਾਂ ਕਰਦੇ ਰਹਾਂਗੇ ਜੀ ਕਈ ਵਾਰੀ ਲੋਕਾਂ ਦੇ ਵਿਸ਼ਵਾਸਾਂ ਨੂੰ ਠੇਸ ਲੱਗੀ ਹੋਣੀ ਹੈ ਪਰੰਤੂ ਮੇਰੀ ਗੱਲ ਨੂੰ ਡੂੰਘਾਈ ਦੇ ਵਿੱਚ ਸੋਚਣ ਦੀ ਲੋੜ ਹੈ ਨਹੀਂ ਜੀ ਨਹੀਂ ਮੈਨੂੰ ਲੱਗਦਾ ਨਹੀਂ ਕਿਸੇ ਦੇ ਵਿਸ਼ਵਾਸ ਨੂੰ ਠੇਸ ਲੱਗੀ ਹੋਣੀ ਤੁਸੀਂ ਬਿਲਕੁਲ ਪਾਏਦਾਰ ਗੱਲਾਂ ਕੀਤੀਆਂ ਨੇ ਪ੍ਰੋਫੈਸਰ ਸਾਹਿਬ ਮੈਂ ਤਾਂ ਕਹਿੰਦਾ ਸਾਨੂੰ ਸਭ ਤੋਂ ਚੰਗੀ ਅੰਗਰੇਜ਼ੀ ਬੋਲਣੀ ਚਾਹੀਦੀ ਹੈ ਸਭ ਤੋਂ ਚੰਗੀ ਪੰਜਾਬੀ ਬੋਲਣੀ ਚਾਹੀਦੀ ਹੈ ਸਭ ਤੋਂ ਵਧੀਆ ਹਿੰਦੀ ਬੋਲਣੀ ਚਾਹੀਦੀ ਹੈ ਜੀ ਬਹੁਤ ਮਿਹਰਬਾਨੀ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਧੰਨਵਾਦ